ਜੇਕਰ ਤੁਹਾਡੇ ਫੇਸਬੁੱਕ ਪੇਜ ਜਾਂ ਫਿਰ ਤੁਹਾਡੀ ਫੇਸਬੁੱਕ ਆਈਡੀ ਦੇ ਉੱਤੇ ਇਹ ਪ੍ਰੋਬਲਮ ਹੈਗੀ ਆ ਤਾਂ ਤੁਹਾਨੂੰ ਫੇਸਬੁੱਕ ਨੇ ਇੱਕ ਵੀ ਰੁਪਈਆ ਨਹੀਂ ਦੇਣਾ, ਕਦੇ ਵੀ ਤੁਹਾਡੀ ਕਮਾਈ ਆ ਜਿਹੜੀ ਫੇਸਬੁੱਕ ਤੋਂ ਸ਼ੁਰੂ ਨਹੀਂ ਹੋਣੀ। ਮੈਂ ਤੁਹਾਨੂੰ ਸਕਰੀਨਸ਼ਾਟ ਦਿਖਾ ਰਿਹਾ ਕਿ ਕਿਸ ਤਰੀਕੇ ਦਾ ਇਸ਼ੂ ਇਹ ਜਿਹੜਾ ਆਪਣੇ ਪੇਜ ਦੇ ਉੱਤੇ ਆਉਂਦਾ ਗਾ। ਤਾਂ ਇਸ ਇਸ਼ੂ ਨੂੰ ਸਹੀ ਕਰਨ ਦਾ ਲੋਕ ਆ ਜਿਹੜਾ 600 ਰੁਪਈਆ 500 ਰੁਪਈਆ ਜਿਹੜਾ ਚਾਰਜ ਕਰਦੇ ਨੇ। ਮੈਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਨੂੰ ਇਹ ਤਰੀਕਾ ਦੱਸਣ ਲੱਗਾ ਕਿ ਕਿਸ ਤਰ੍ਹਾਂ ਮਿੰਟਾਂ ਦੇ ਵਿੱਚ, 1 ਮਿੰਟ ਦੇ ਅੰਦਰ ਅੰਦਰ ਇਹ ਇਸ਼ੂ ਹਟ ਜੂਗਾ, ਰੈਕਮੈਂਡੇਸ਼ਨ ਆਨ ਹੋ ਜੂਗੀ ਅਤੇ ਆਪਣਾ ਪੇਜ ਆ ਜਿਹੜਾ ਉਹ ਕਲੀਅਰ ਹੋ ਜੂ, ਭਾਵੇਂ ਤੁਹਾਡੀ ਆਈਡੀ ਆ ਅਤੇ ਭਾਵੇਂ ਤੁਹਾਡਾ ਪੇਜ ਆ। ਤਾਂ ਬਿਲਕੁਲ ਫ੍ਰੀ ਦੇ ਵਿੱਚ ਦੱਸਣ ਲੱਗੇ ਹਾਂ, 1 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਲਾਈਵ ਸਹੀ ਕਰਕੇ ਦਿਖਾਵਾਂਗੇ ਕਿ ਕਿਸ ਤਰੀਕੇ ਨੂੰ ਸਹੀ ਕਰਨਾ ਹੈਗਾ। ਤਾਂ ਵੀਡੀਓ ਨੂੰ ਸਾਰਿਆਂ ਤੱਕ ਸ਼ੇਅਰ ਕਰ ਦਿਓ ਅਤੇ ਫ੍ਰੀ ਦੇ ਵਿੱਚ ਸਿੱਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ, ਕਿਉਂਕਿ ਮੈਂ ਇੱਦਾਂ ਦੀਆਂ ਜਾਣਕਾਰੀਆਂ ਪੇਜ ਰਿਲੇਟਡ, ਕਮਾਈ ਰਿਲੇਟਡ ਲੈ ਕੇ ਆਉਂਦਾ ਰਹਿੰਦਾ ਹਰ ਰੋਜ਼। ਤਾਂ ਇਹ ਇਸ਼ੂ ਆਉਂਦਾ ਕਿਵੇਂ ਆ, ਜਿਵੇਂ ਕਿ ਮੈਂ ਤੁਹਾਨੂੰ ਦਿਖਾ ਰਿਹਾ ਕਿ ਪੇਜ ਰੈਕਮੈਂਡੇਸ਼ਨ ਦੇ ਵਿੱਚ ਆ ਸਮ ਇਸ਼ੂ ਆ ਰਿਹਾ, ਫਲੈਗਡ ਕੰਟੈਂਟ ਆ ਰਿਹਾ। ਤਾਂ ਇਹਦਾ ਮਤਲਬ ਇਹ ਹੁੰਦਾ ਕਿ ਆਪਣੀ ਰੈਕਮੈਂਡੇਸ਼ਨ ਆ ਉਹ 'ਤੇ ਅਸਰ ਪੈਂਦਾ ਗਾ, ਆਪਣੀ ਵੀਡੀਓ ਦੇ ਵਿਊ ਘੱਟ ਜਾਂਦੇ, ਆਪਣੀ ਰੀਚ ਘੱਟ ਜਾਂਦੀ ਹੈ, ਅਤੇ ਬਹੁਤ ਸਾਰੀਆਂ ਚੀਜ਼ਾਂ ਇਹ ਹੋ ਜਾਂਦੀਆਂ ਨੇ। ਤਾਂ ਇਹਨੂੰ ਸੋਲਵ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਫੇਸਬੁੱਕ ਦੇ ਵੱਲੋਂ ਇਹ ਆਟੋਮੈਟਿਕ ਮੈਸੇਜ ਹੈ ਜਿਹੜਾ ਉਹ ਦਿੱਤਾ ਜਾਂਦਾ, ਤਾਂ ਕਰਕੇ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਆਪਣੇ ਕੰਟੈਂਟ ਦਾ ਜਿਹੜਾ ਉਹ ਤੁਸੀਂ ਰਿਵਿਊ ਕਰੋ। ਰਿਵਿਊ ਕਰਨ ਤੋਂ ਬਾਅਦ ਹੀ ਆਪਾਂ ਇਸ ਚੀਜ਼ ਨੂੰ ਸੋਲਵ ਕਰ ਸਕਦੇ ਹਾਂ। ਤਾਂ ਇਹਨੂੰ ਸੋਲਵ ਕਿਵੇਂ ਕਰਨਾ ਆਪਾਂ ਫ੍ਰੀ ਦੇ ਵਿੱਚ ਦੱਸਾਂਗੇ। ਪੇਜ ਨੂੰ ਫੋਲੋ ਕਰਕੇ ਰੱਖ ਲਿਓ, ਕਿਉਂਕਿ ਲੋਕ ਆ 500-600 ਰੁਪਈਆ ਇਸ ਨੂੰ ਸਹੀ ਕਰਨ ਦਾ ਲੈਂਦੇ ਆ, ਤਾਂ ਆਪਾਂ ਫ੍ਰੀ ਦੇ ਵਿੱਚ ਦੱਸਾਂਗੇ। ਤਾਂ ਹਰ ਇੱਕ ਬੰਦੇ ਨੂੰ ਪੇਜ ਦੀ ਰੈਕਮੈਂਡੇਸ਼ਨ, ਆਪਣੀ ਆਈਡੀ ਦੀ ਰੈਕਮੈਂਡੇਸ਼ਨ ਚੈੱਕ ਕਰਨੀ ਚਾਹੀਦੀ ਆ, ਅਤੇ ਹਫ਼ਤੇ ਬਾਅਦ ਜ਼ਰੂਰ ਚੈੱਕ ਕਰਿਆ ਕਰੋ, ਕਿਉਂਕਿ ਇਹ ਫੇਸਬੁੱਕ ਵੱਲੋਂ ਖੁਦ ਦਿੱਤਾ ਜਾਂਦਾ। ਤਾਂ ਹੁਣ ਇਹਦਾ ਹੱਲ ਕਿਵੇਂ ਕਰਨਾ, ਸਭ ਤੋਂ ਪਹਿਲਾਂ ਆਪਾਂ ਫੇਸਬੁੱਕ ਦੇ ਵਿੱਚ ਆ ਗਏ ਆ, ਫੇਸਬੁੱਕ ਪ੍ਰੋਫਾਈਲ ਖੋਲ੍ਹ ਲੈਣੀ ਆ। ਤਾਂ ਇਹਦੋਂ ਬਾਅਦ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਉੱਤੇ ਓਕੇ ਕਰ ਦੇਣਾ। ਪ੍ਰੋਫੈਸ਼ਨਲ ਡੈਸ਼ਬੋਰਡ ਦੇ ਉੱਤੇ ਓਕੇ ਕਰਨ ਤੋਂ ਬਾਅਦ ਨੀਚੇ ਆਵਾਂਗੇ, ਨੀਚੇ ਆਪਣੇ ਕੋਲ ਆਪਸ਼ਨ ਦਿੱਤੀ ਹੋਈ ਆ ਪ੍ਰੋਫਾਈਲ ਰੈਕਮੈਂਡੇਸ਼ਨ ਦੀ। ਤਾਂ ਇਸ ਤਰੀਕੇ ਦੇ ਆਪਾਂ ਨੂੰ ਜਿਹੜੀ ਆਪਸ਼ਨ ਇੱਥੇ ਦਿਖਾ ਤੀ, ਤਾਂ ਹੁਣ ਆਪਾਂ ਰਿਵਿਊ ਕੰਟੈਂਟ ਦੇ ਉੱਤੇ ਓਕੇ ਕਰਨਾ ਗਾ, ਇੱਥੇ ਹੋਰ ਕੁਛ ਨਹੀਂ ਕਰਨਾ ਗਾ। ਤਾਂ ਇੱਥੇ ਦੇਖੋ ਆਪਾਂ ਨੂੰ ਦੱਸਤਾ ਕਿ ਫਲੈਗਡ ਕੰਟੈਂਟ ਆ ਜਿਹੜਾ ਉਹ ਸ਼ੇਅਰ ਕੀਤਾ ਹੋਇਆ, ਅਤੇ ਇਹ ਫੇਸਬੁੱਕ ਦੇ ਵੱਲੋਂ ਆਟੋਮੈਟਿਕ ਡਿਟੈਕਟ ਹੋ ਚੁੱਕਿਆ ਗਾ, ਅਤੇ ਅਸੀਂ ਇਹਨੂੰ ਫਲੈਗਡ ਕਰ ਦਿੱਤਾ ਗਾ, ਇਹ ਯੈਲੋ ਦੇ ਵਿੱਚ ਪਾ ਦਿੰਦੇ ਆ। ਤਾਂ ਹੁਣ ਇਹਦਾ ਕਰਨਾ ਕੀ ਆ, ਤਾਂ ਆਪਾਂ ਇਹਦੇ ਉੱਤੇ ਓਕੇ ਕਰਨਾ। ਤਾਂ ਇਹਦੇ ਉੱਤੇ ਓਕੇ ਕਰਨ ਤੋਂ ਬਾਅਦ ਇੱਥੇ ਆਪਾਂ ਪੜ੍ਹ ਵੀ ਸਕਦੇ ਹਾਂ ਕਿ ਇੰਪੈਕਟ ਇਹਦਾ ਕੀ ਪੈਣਾ ਗਾ, ਕੀ ਇਹਦਾ ਅਸਰ ਹੋਣਾ। ਤਾਂ ਆਪਣਾ ਪੇਜ ਅਵੇਲਿਟੀ ਜਿਹੜੀ ਆ ਰੈਕਮੈਂਡ ਆ ਉਹਨੂੰ ਡਿਸਰੈਕਮੈਂਡ ਕਰ ਸਕਦਾ ਗਾ। ਤਾਂ ਰਿਡਿਊਸ ਯੂਅਰ ਪੇਜ ਡਿਸਟ੍ਰੀਬਿਊਸ਼ਨ, ਯਾਨੀ ਕਿ ਪੇਜ ਦੀ ਜਿੰਨੀ ਵੀ ਵੀਡੀਓ ਅੱਗੇ ਜਾਂਦੀ ਆ ਤਾਂ ਉਹ ਰੋਕ ਸਕਦੀ ਆ, ਹੋ ਸਕਦਾ ਤੁਹਾਡੀ ਰੀਚ ਘਟੀ ਹੋਵੇ, ਹੋ ਸਕਦਾ ਤੁਹਾਡੇ ਉੱਤੇ ਇਹ ਪ੍ਰੋਬਲਮ ਆਈ ਹੋਵੇ ਤਾਂ ਕਰਕੇ ਤੁਹਾਡੀ ਰੀਚ ਆ ਜਿਹੜੀ ਉਹ ਘਟੀ ਹੋਵੇ। ਤਾਂ ਇਹ ਨਾਲੇ ਸੁਜੈਸ਼ਨ ਵੀਡੀਓ ਜਿਹੜੀ ਗਾਹਾਂ ਜਾਂਦੀ ਆ ਉਹਨੂੰ ਵੀ ਰੋਕ ਦਿੰਦਾ ਗਾ। ਤਾਂ ਇਹਦੇ ਨਾਲ ਕਾਰਨ, ਮਤਲਬ ਇਹਦੇ ਨਾਲ ਹੁੰਦਾ ਕੀ ਨਹੀਂ, ਇਹਦੇ ਨਾਲ ਆਪਣਾ ਪੇਜ ਟੇਕਡਾਊਨ ਨਹੀਂ ਹੁੰਦਾ, ਯਾਨੀ ਕਿ ਪੇਜ ਡਿਲੀਟ ਨਹੀਂ ਹੁੰਦਾ, ਆਪਣੀ ਰੀਚ ਜ਼ਰੂਰ ਘੱਟ ਜਾਂਦੀ ਆ। ਤਾਂ ਜਿਹੜੇ ਵੀ ਆਪਾਂ ਗਰੁੱਪ ਮੈਨੇਜ ਕਰਦੇ ਹਾਂ ਜਾਂ ਕੁਛ ਵੀ ਕਰਦੇ ਹਾਂ ਉਹਨਾਂ 'ਤੇ ਕੋਈ ਇਫੈਕਟ ਨਹੀਂ ਪੈਂਦਾ ਗਾ। ਤਾਂ ਉਹਨਾਂ ਦਾ ਹੱਲ ਕੀ ਆ, ਤਾਂ ਹੱਲ ਇੱਥੇ ਨੀਚੇ ਦਿੱਤਾ ਹੋਇਆ ਟੇਕ ਐਕਸ਼ਨ ਦੇ ਉੱਤੇ ਡਿਲੀਟ ਪੋਸਟ। ਤਾਂ ਆਪਾਂ ਸਿਰਫ ਇਹਨੂੰ ਡਿਲੀਟ ਕਰ ਦੇਣਾ ਗਾ ਜਿਹੜੀ ਵੀ ਆਪਾਂ ਨੂੰ ਇਹਨਾਂ ਨੇ ਫਲੈਗ ਕੀਤੀ ਹੋਈ ਹੈ। ਤਾਂ ਆਪਾਂ ਇਹਦੇ ਉੱਤੇ ਡਿਲੀਟ ਦੇ ਬਟਨ ਦੇ ਉੱਤੇ ਓਕੇ ਕਰ ਦਾਂਗੇ। ਤਾਂ ਡਿਲੀਟ ਦੇ ਬਟਨ ਦੇ ਉੱਤੇ ਓਕੇ ਕਰਨ ਤੋਂ ਬਾਅਦ ਆ ਜਿਹੜਾ ਆਪਣੇ ਕੋਲ ਆ ਇੱਥੇ ਪੇਜ ਸਮ ਇਸ਼ੂ ਵਾਲਾ ਜਿਹੜਾ ਉਹ ਸੀਗਾ, ਤਾਂ ਇਹਦੇ ਉੱਤੇ ਓਕੇ ਕਰਦੇ ਹਾਂ। ਤਾਂ ਦੇਖੋ ਉਹ ਇਸ਼ੂ ਆ ਜਿਹੜਾ 1 ਮਿੰਟ ਦੇ ਅੰਦਰ ਅੰਦਰ ਉੱਡ ਚੁੱਕਿਆ ਗਾ, ਪੇਜ ਆਪਣਾ ਰੈਕਮੈਂਡੇਬਲ ਹੋ ਚੁੱਕਿਆ ਗਾ, ਤਾਂ ਜਿਹੜਾ ਉਹ ਇਸ਼ੂ ਆਟੋਮੈਟਿਕ ਫਲੈਗਡ ਵਾਲਾ ਕੰਟੈਂਟ ਆਇਆ ਸੀਗਾ ਉਹ ਡਿਲੀਟ ਹੋ ਚੁੱਕਿਆ। ਤਾਂ ਹਰ ਇੱਕ ਬੰਦੇ ਨੂੰ ਹਫ਼ਤੇ ਦੇ ਬਾਅਦ ਜਾਂ ਹਫ਼ਤੇ ਦੇ ਵਿੱਚ 2-3 ਵਾਰ ਜ਼ਰੂਰ ਤੁਸੀਂ ਜਿਹੜੀ ਆ ਰੈਕਮੈਂਡੇਸ਼ਨ ਚੈੱਕ ਜ਼ਰੂਰ ਕਰਿਆ ਕਰੋ, ਕਿਉਂਕਿ ਕਈ ਵਾਰ ਕੋਈ ਵਾਰਨਿੰਗ ਹੁੰਦੀ ਆ ਉਹ ਵੀ ਆਪਾਂ ਨੂੰ ਇੱਥੇ ਸ਼ੋਅ ਕਰ ਦਿੱਤੀ ਜਾਂਦੀ ਆ ਆਪਣੇ ਪੇਜ ਦੇ ਵਿੱਚ ਕੋਈ ਗਲਤੀ ਹੁੰਦੀ ਆ, ਪਰ ਆਪਾਂ ਜਿਹੜੀ ਇਸ ਚੀਜ਼ ਨੂੰ ਨਹੀਂ ਦੇਖਦੇ, ਤਾਂ ਕਰਕੇ ਆਪਾਂ ਨੂੰ ਨਾ ਤਾਂ
ਫੇਸਬੁੱਕ ਤੋਂ ਕਮਾਈ ਸ਼ੁਰੂ ਹੁੰਦੀ ਆ ਅਤੇ ਆਪਾਂ ਬਾਅਦ ਦੇ ਵਿੱਚ ਆਖਦੇ ਰਹਿੰਦੇ ਹਾਂ ਕਿ ਆਪਣੇ ਕੋਲ ਜਿਹੜੇ ਇੰਨੇ ਫੋਲੋਵਰ ਹੋ ਗਏ ਪਰ ਸਾਨੂੰ ਕਮਾਈ ਨਹੀਂ ਆਈ, ਤਾਂ ਇਹ ਮੇਨ ਕਾਰਨ ਹੈਗਾ ਗਾ ਇਸ ਚੀਜ਼ ਦਾ। ਤਾਂ ਇਹ ਚੀਜ਼ ਨੂੰ ਦੇਖਿਆ ਕਰੋ ਕਿਉਂਕਿ ਰੀਚ ਵੀ ਇਹਦੇ 'ਤੇ ਡਿਪੈਂਡ ਕਰਦੀ ਹੈ, ਰੀਚ ਵੀ ਆਪਣੀ ਘੱਟ ਜਾਂਦੀ ਹੈਗੀ, ਆਪਣੀ ਵੀਡੀਓ ਵੀ ਅੱਗੇ ਨਹੀਂ ਪਹੁੰਚ ਪਾਉਂਦੀ। ਤਾਂ ਇਸ ਚੀਜ਼ ਨੂੰ ਜ਼ਰੂਰ ਦੇਖਿਆ ਕਰੋ, ਕੁਝ ਫ੍ਰੀ ਦੇ ਵਿੱਚ ਸਿੱਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਅਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਸਕੇ।